ਆਹ ਦੇਖ ਲਓ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹਾਲ। ਹੁਣ ਗਰੀਬ ਬੰਦੇ ਨੂੰ ਰੋਟੀ ਖਾਣ ਤੋਂ ਵੀ ਵਾਂਝਾ ਕਰ ਰਹੇ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤਾਂ ਇਸ ਈ ਰਿਕਸ਼ਾ ਚਾਲਕ ਦੇ ਕੋਲ ਸਵਾਰੀਆਂ ਬਣ ਕੇ ਇਹਦੇ ਈ ਰਿਕਸ਼ਾ ਦੇ ਵਿੱਚ ਬਹਿ ਜਾਂਦੇ ਨੇ ਅਤੇ ਫਿਰ ਜਿਵੇਂ ਹੀ ਸੁੰਨਸਾਨ ਗਲੀ ਆਉਂਦੀ ਹੈ ਤਾਂ ਉਸਦੀ ਗਰਦਨ ਦੇ ਉੱਤੇ ਚਾਕੂ ਰੱਖ ਦਿੱਤਾ ਜਾਂਦਾ ਹੈ ਅਤੇ ਚਾਕੂ ਦੀ ਨੋਕ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਸ ਈ ਰਿਕਸ਼ੇ ਚਾਲਕ ਨੂੰ ਬੁਰੇ ਤਰੀਕੇ ਦੇ ਨਾਲ ਲੁੱਟਿਆ ਗਿਆ ਅਤੇ ਇਸਦੇ ਈ ਰਿਕਸ਼ੇ ਨੂੰ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਈ ਰਿਕਸ਼ਾ ਚਾਲਕ ਦੇ ਵੱਲੋਂ ਜਦੋਂ ਸ਼ੋਰ ਮਚਾਇਆ ਗਿਆ ਤਾਂ ਕੁਝ ਗੁਆਂਢੀ ਆਲੇ ਦੁਆਲੇ ਤੋਂ ਜ਼ਰੂਰ ਨਿਕਲਦੇ ਨੇ ਅਤੇ ਉਹਨਾਂ ਦੇ ਵੱਲੋਂ ਵੀ ਇਸ ਈ ਰਿਕਸ਼ਾ ਚਾਲਕ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜੋ ਲੁਟੇਰੇ ਸੀ ਉਹ ਤੇਜ਼ ਧਾਰ ਹਥਿਆਰਾਂ ਨਾਲ ਲੈਸ ਸੀ, ਜਿਸ ਦੇ ਕਾਰਨ ਉਹ ਲੋਕ ਵੀ ਹੁਣ ਪਿੱਛੇ ਮੁੜ ਗਏ। ਜਿਸ ਤੋਂ ਬਾਅਦ ਈ ਰਿਕਸ਼ਾ ਚਾਲਕ ਨੂੰ ਇਹ ਆਪਣੇ ਨਾਲ ਲੈ ਜਾਂਦੇ ਨੇ ਅਤੇ ਅੱਗੇ ਜਾ ਕੇ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਜਾਂਦੀ ਹੈ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਈ ਰਿਕਸ਼ਾ ਚਾਲਕ ਨੂੰ ਲੁੱਟਿਆ ਗਿਆ, ਕਰੀਬ 1200 ਰੁਪਏ ਲੁੱਟ ਕੇ ਇਸਦੇ ਫਰਾਰ ਹੋ ਗਏ ਨੇ। ਦੱਸ ਦਈਏ ਕਿ ਈ ਰਿਕਸ਼ਾ ਚਾਲਕ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਹ ਕਮਾਈ ਕੀਤੀ ਗਈ ਸੀ ਕਿ ਚਲੋ ਘਰ ਜਾ ਕੇ ਆਪਣੇ ਪਰਿਵਾਰ ਦਾ ਪੇਟ ਪਾਲੇਗਾ। ਪਰ ਦੱਸਿਆ ਜਾ ਰਿਹਾ ਕਿ ਇਹ ਲੁਟੇਰੇ ਪਹਿਲਾਂ ਤਾਂ ਸਵਾਰੀਆਂ ਬਣ ਕੇ ਇਸਦੇ ਈ ਰਿਕਸ਼ਾ ਦੇ ਵਿੱਚ ਬੈਠ ਜਾਂਦੇ ਨੇ ਅਤੇ ਫਿਰ ਇਸ ਤੋਂ ਅੱਗੇ ਜਾ ਕੇ ਜਿੱਥੇ ਸੁੰਨਸਾਨ ਗਲੀ ਆਉਂਦੀ ਹੈ ਤਾਂ ਉੱਥੇ ਜਾ ਕੇ ਇਸਦੀ ਗਰਦਨ 'ਤੇ ਚਾਕੂ ਰੱਖ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਈ ਰਿਕਸ਼ਾ ਚਾਲਕ ਦੇ ਵੱਲੋਂ ਸ਼ੋਰ ਵੀ ਮਚਾਇਆ ਜਾਂਦਾ ਹੈ, ਕੁਝ ਲੋਕ ਮਦਦ ਕਰਨ ਦੇ ਲਈ ਬਾਹਰ ਵੀ ਨਿਕਲਦੇ ਨੇ, ਪਰ ਇਹ ਲੁਟੇਰੇ ਹਥਿਆਰਾਂ ਦੇ ਨਾਲ ਲੈਸ ਹੋਣ ਕਰਕੇ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਨੇ, ਜਿਸ ਦੇ ਕਾਰਨ ਉਹ ਵੀ ਆਪਣੇ ਘਰਾਂ ਦੇ ਵਿੱਚ ਦੁਬਾਰਾ ਤੋਂ ਵੜ ਜਾਂਦੇ ਨੇ। ਜਿਸ ਤੋਂ ਬਾਅਦ ਇਹ ਆਪਣੇ ਨਾਲ ਇਸ ਈ ਰਿਕਸ਼ਾ ਚਾਲਕ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਈ ਰਿਕਸ਼ੇ ਨੂੰ ਖੋਣ ਦੀ ਕੋਸ਼ਿਸ਼ ਕਰਦੇ ਨੇ, ਪਰ ਈ ਰਿਕਸ਼ਾ ਚਾਲਕ ਦੇ ਵੱਲੋਂ ਜਦੋਂ ਵਿਰੋਧ ਕੀਤਾ ਜਾਂਦਾ ਇਸ ਗੱਲ ਦਾ ਤਾਂ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਲੰਧਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬੁਲੰਦ ਨੇ ਕਿ ਉਹ ਦਿਨ ਦਿਹਾੜੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ। ਨਾ ਤਾਂ ਉਹਨਾਂ ਨੂੰ ਹੁਣ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਪੁਲਿਸ ਦਾ, ਜਿਸ ਦੇ ਕਾਰਨ ਲਗਾਤਾਰ ਅਜਿਹੀਆਂ ਵਾਰਦਾਤਾਂ ਵੱਧ ਰਹੀਆਂ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਨੇ ਕਿ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ, ਪਰ ਹੁਣ ਦੇਖਣਾ ਹੋਵੇਗਾ ਕਿ ਆਖਿਰ ਕਿੰਨੇ ਸਮੇਂ ਦੇ ਵਿੱਚ ਪੁਲਿਸ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੰਦੀ ਹੈ, ਕਿਉਂਕਿ ਲਗਾਤਾਰ ਜਲੰਧਰ ਦੇ ਵਿੱਚ ਲੁੱਟ ਖੋਹ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇੱਕ ਆਟੋ ਨੇ ਆਟੋ ਵਾਲੇ ਨੇ ਬਿਠਾਇਆ ਪਿੱਛੇ ਪਿੱਛੇ ਮੇਰੇ ਕੋਲ ਪਿੱਛੇ ਪਿੱਛੇ ਮੇਰੇ ਗਾੜੀ ਕੇ ਥਾ ਜੋ ਦੋ ਬੰਦਾ ਬਿਠਾਇਆ ਥਾ ਉਹ ਦੋ ਬੰਦਾ ਮੇਰੇ ਉਹ ਗਲੀ ਕੇ ਅੱਗੇ ਲੈ ਕੇ ਗਏ ਹੈ ਚਾਕੂ ਨਿਕਾਲ ਕੇ ਮੇਰੇ ਗਰਦਨ ਪਰ ਛੁਰੀ ਰੱਖ ਦਿਆ ਸਾਰਾ ਪੈਸਾ ਮਾਰ ਮਾਰ ਕੇ ਨਿਕਾਲ ਲਿਆ ਤਾਂ ਇਧਰ ਸੇ ਲੈ ਕੇ ਫਿਰ ਜਾ ਰਹੇ ਤੇ ਮੇਰੀ ਬੈਟਰੀ ਵੇਚ ਲੈ ਤੀ ਤਬ ਇਸਮੇ ਗਾੜੀ ਜਬ ਬਹੁਤ ਜ਼ਬਰਦਸਤੀ ਕੀਆ ਹੂੰ ਤਬ ਉਸਕਾ ਪੰਨਾ ਛੋੜ ਕੇ ਮੈਂ ਛੋੜ ਪਾਇਆ ਉਸਕਾ ਚਿਹਰਾ ਹੀ ਫੋਟੀ ਮੈਂ ਆ ਰਹਾ ਪਰ ਮੇਰਾ 1200 ਰੁਪਏ ਰਹਾ ਉਹ ਨਿਕਾਲ ਲੈ ਕੇ ਗਏ ਉਹ ਮਾਰੇ ਹੈ ਬਸ ਇਤਨਾ ਕੰਮ ਕੀਆ ਹੈ ਔਰ ਬੈਟਰੀ ਕਾ ਕਹਿ ਰਹੇ ਥੇ ਵੀ ਤੁਮਕੋ ਚਲੋ ਮਾਰ ਡਾਲੇਂਗੇ ਗਾੜੀ ਚਲਾਤਾ ਹੂੰ ਯਾਰ ਇਹ ਤਾਂ ਆਟੋ ਵਾਲਾ ਇੱਧਰ ਆਇਆ ਆਪਣੇ ਦੋ ਮੁੰਡੇ ਸੀਗੇ ਆਟੋ ਵਾਲੇ ਉਹਦੇ ਪੈਸੇ ਪੂਏ ਖੋ ਕੇ ਚਲੇ ਬਾਕੀ ਦੇ ਦੇ ਜੋ ਕੈਮਰਾ ਜੋ ਸਾਹਮਣੇ ਚੀਜ਼ ਆਉਂਦੀ ਆ ਉਹ ਦੇਖ ਕੇ ਉਸ ਹਿਸਾਬ ਨਾਲ ਆਪਾਂ ਕਰ ਲਿਆ ਇਹ ਸੀ ਦਲਜੀਤ ਸਿੰਘ।